ਹਾਂਜੀ ਬੱਚਿਓ ਅੱਜ ਆਪਾਂ ਇੰਗਲਿਸ਼ ਦੇ ਵਿੱਚ 4th ਲੈਸਨ ਰੀਡ ਕਰਾਂਗੇ ਲੈਸਨ ਦਾ ਨੇਮ ਹੈ ਟੀਮ ਵਰਕ ਟੀਮ ਦੇ ਵਿੱਚ ਕੰਮ ਕਰਨਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮਿਲ ਕੇ ਕੰਮ ਕਰਨਾ ਓਕੇ ਆਓ ਫਿਰ ਰੀਡਿੰਗ ਲੈਂਦੇ ਆ ਲੈਸਨ ਦੀ ਹਾਂਜੀ ਬੱਚਿਓ ਇਹ ਜੋ ਲੈਸਨ ਹੈ ਇੱਕ ਪੋਇਮ ਦੇ ਰੂਪ ਵਿੱਚ ਹੈ ਸ਼ੁਰੂ ਕਰਦੇ ਆ ਟੀਮ ਵਰਕ ਟੀਮ ਵਰਕ ਟੁਗੇਦਰ

ਰਲ ਕੇ ਹਾਂਜੀ ਅਸੀਂ ਇਕੱਠੇ ਰਲ ਕੇ ਮਿਲ ਕੇ ਆਪਣੇ ਸੁਪਨਿਆਂ ਵਾਸਤੇ ਕੰਮ ਕਰ ਸਕਦੇ ਹਾਂ ਜਾਂ ਫਿਰ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ then we will sure that joy of what we have done ਫਿਰ ਅਸੀਂ ਜੋ ਵੀ ਕੰਮ ਕੀਤਾ ਹੋਊਗਾ ਜਾਂ ਜੋ ਵੀ ਅਸੀਂ ਕੰਮ ਕੀਤਾ ਹੈ ਹਨਾ ਜੋ ਵੀ ਅਸੀਂ ਪ੍ਰਾਪਤੀ ਲੈਤੀ ਹੈ ਉਸ ਦੀ ਖੁਸ਼ੀ ਨੂੰ ਸਾਂਝਾ ਕਰਾਂਗੇ ਮਿਲ ਕੇ ਉਸ ਦੀ ਖੁਸ਼ੀ ਨੂੰ ਵੰਡਾਂਗੇ ਕਿ ਜੋ ਵੀ ਕੰਮ ਅਸੀਂ ਟੀਮ ਦੇ ਵਿੱਚ ਰਲ ਕੇ ਸਾਰਿਆਂ ਨੇ ਕੀਤਾ ਹੈ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਫਿਰ ਆਪਾਂ ਉਸ ਖੁਸ਼ੀ ਨੂੰ ਮਿਲ ਕੇ ਵੰਡਾਂਗੇ ਟੀਮ ਵਰਕ एवरीवन ਸਾਰੇ ਹੀ ਟੀਮ ਵਰਕ ਕਰੋ ਇਟਸ ਫਨ ਟੂ ਸ਼ੂਟ ਦਾ ਬਾਸਕਟਬਾਲ ਥਰੋ ਦਾ ਹੂਪ ਬਟ ਇਫ ਨੋਬਡੀ ਪਾਸਸਸ Then nobody shoots. And the relay race just can't go on. If nobody wants to pass the baton, we are the parts that make up the whole. And we have got our eyes on a common goal. Sometimes it can be a big plus. then you or i becomes and us it's fun to shoot the basketball through the hoop haan ji students hoop means jo lohe da gol chakkar baneya hunda hai tusi dekhe ho na basketball de ground de vich ik ik lohe da chakkar lagya hunda hai ucchi thaan te haan te ode vich di apna basketball nu pass karde haan ਇਟਸ ਫਨ ਟੂ ਸ਼ੂਟ ਦਾ ਬਾਸਕਟਬਾਲ ਥਰੂ ਦਾ ਹੂਪ ਹਾਂਜੀ ਹੂਪ ਵਿੱਚ ਦੀ ਬਾਸਕਟਬਾਲ ਨੂੰ ਲੰਘਾਉਣਾ ਬਹੁਤ ਮਜ਼ੇਦਾਰ ਹੈ ਬਟ ਇਫ ਨੋਬਾਡੀ ਪਾਸਸਸ ਦੈਨ ਨੋਬਾਡੀ ਸ਼ੂਟਸ ਹਾਂਜੀ ਪਰੰਤੂ ਅਗਰ ਕੋਈ ਇੱਕ ਦੂਜੇ ਨੂੰ ਬਾਲ ਪਾਸ ਨਹੀਂ ਕਰਦਾ ਤਾਂ ਕੋਈ ਵੀ ਸ਼ੂਟ ਨਹੀਂ ਕਰ ਸਕਦਾ ਮੀਨਸ ਇਹ ਟੀਮਵਰਕ ਨਾਲ ਹੀ ਪੋਸੀਬਲ ਹੈ। ਅਗਰ ਕੋਈ ਬਾਲ ਪਾਸ ਨਹੀਂ ਕਰਦਾ ਤਾਂ ਕੋਈ ਵੀ ਸ਼ੂਟ ਨਹੀਂ ਕਰ ਸਕਦਾ ਠੀਕ ਹੈ ਇੱਕ ਟੀਮ ਦੇ ਵਿੱਚ ਇੱਕ ਟੀਮ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ ਨਾ ਸਾਰੇ ਜਾਣੇ ਟੀਮ ਦੇ ਵਿੱਚ ਮਿਲ ਕੇ ਕੰਮ ਕਰਦੇ ਹੈ। ਸੋ ਬਾਸਕਟਬਾਲ ਨੂੰ ਹੂਪ ਦੇ ਵਿੱਚ ਲੰਘਾਉਣਾ ਮਜ਼ੇਦਾਰ ਹੈ ਲੇਕਿਨ ਅਗਰ ਕੋਈ ਇੱਕ ਦੂਜੇ ਨੂੰ ਬਾਲ ਪਾਸ ਨਹੀਂ ਕਰਦਾ ਤਾਂ ਕੋਈ ਸ਼ੂਟ ਨਹੀਂ ਕਰ ਸਕਦਾ। and the relay race just can't go on if nobody wants to pass the bithan haan ji bithan hundi hai jidda koi lakdi da aap keh dende aan soti haan ya daang keh dende aan chadi haan ji jidda basketball wali gall hai odda hi eh race de upar vi thukdi hai ki jo relay race hai oh vi ਸੰਭਵ ਨਹੀਂ ਹੋ ਸਕਦੀ ਪੋਸੀਬਲ ਨਹੀਂ ਹੋ ਸਕਦੀ ਅਗਰ ਕੋਈ ਇੱਕ ਦੂਜੇ ਨੂੰ ਬੈਠਾਨ ਛੜੀ ਜੋ ਛੜੀ ਲੈ ਕੇ ਇੱਕ ਦੂਜੇ ਨੂੰ ਪਾਸ ਕਰਦੇ ਆ ਨਾ ਰੇਲ ਰੇਸ ਦੇ ਵਿੱਚ ਅਗਰ ਕੋਈ ਇੱਕ ਦੂਜੇ ਨੂੰ ਛੜੀਆਂ ਜਾਂ ਜੋ ਬੈਠਾਨ ਹੈ ਬੰਥ ਹੈ ਉਹ ਪਾਸ ਨਹੀਂ ਕਰਦਾ ਤਾਂ ਰੇਲ ਰੇਸ ਵੀ ਪੋਸੀਬਲ ਨਹੀਂ ਹੋ ਸਕਦੀ ਵੀ ਆਰ ਦਾ ਪਾਰਟਸ ਦੈਟ ਮੇਕ ਅਪ ਦਾ ਹੋਲ ਹਾਂਜੀ ਅਸੀਂ ਇਸ ਸਾਰੀ ਟੀਮ ਦੇ ਅਸੀਂ ਉਹ ਹਿੱਸੇ ਆ ਜੋ ਇਸ ਪੂਰੀ ਟੀਮ ਨੂੰ ਬਣਾਉਂਦੇ ਹਾਂ ਇਟ ਮੀਨਸ ਇਹ ਸਾਰੇ ਜੋ ਇੱਕ ਟੀਮ ਦੇ ਹਿੱਸੇ ਨੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਗਰ ਉਹ ਰਲ ਕੇ ਕੰਮ ਕਰਦੇ ਹੈ ਤਾਂ ਹੀ ਉਹ ਚੀਜ਼ ਸੰਭਵ ਹੋ ਸਕਦੀ ਹੈ ਆਪਾਂ ਨੂੰ ਗੇਮਸ ਦੇ ਐਗਜ਼ਾਮਪਲ ਦਿੰਦੇ ਆ ਨਾ ਵੀ ਬਾਸਕਟਬਾਲ ਅਗਰ ਆਪਾਂ ਖੇਡਦੇ ਆ ਤਾਂ ਵੀ ਆਪਾਂ ਨੂੰ ਟੀਮ ਵਿੱਚ ਰਲ ਕੇ ਕੰਮ ਕਰਨਾ ਪੈਂਦਾ ਹੈ ਅਗਰ ਆਪਾਂ ਰਿਲੇ ਰੇਸ ਕਰਦੇ ਆ ਤਾਂ ਵੀ ਆਪਾਂ ਨੂੰ ਰਲ ਕੇ ਕੰਮ ਕਰਨਾ ਪੈਂਦਾ ਹੈ ਜੋ ਵੀ ਜੋ ਆਪਾਂ ਹੈਗੇ ਆ ਹਨਾ ਟੀਮ ਦੇ ਵਿੱਚੋਂ ਮੈਂਬਰ ਆ ਉਹ ਆਪਾਂ ਹਿੱਸੇ ਆ ਜੋ ਰਲ ਕੇ ਸਾਰੀ ਚੀਜ਼ ਨੂੰ ਬਣਾਉਂਦੇ ਹਾਂ ਐਂਡ ਵੀ ਹੈਵ ਗਾਟ ਆਵਰ ਆਈਜ਼ ਔਨ ਆ ਕਾਮਨ ਗੋਲ ਹਤੇ ਸਾਡੀ ਸਾਰਿਆਂ ਦੀ ਨਜ਼ਰ ਇੱਕੋ ਹੀ ਸਾਂਝੇ ਟੀਚੇ ਉੱਤੇ ਹੁੰਦੀ ਹੈ ਹੁੰਦੀ ਹੈ ਨਾ ਜਦੋਂ ਆਪਾਂ ਕੋਈ ਵੀ ਟੀਮ ਵਰਕ ਕਰਦੇ ਆ ਆਪਾਂ ਨੂੰ ਪਤਾ ਵੀ ਆਪਾਂ ਰਲ ਕੇ ਕੰਮ ਕਰਨਾ ਹੈ ਆਪਾਂ ਇੱਕ ਟੀਚਾ ਪ੍ਰਾਪਤ ਕਰਨਾ ਹੈ ਸਮ ਟਾਈਮਸ ਇਟ ਕੈਨ ਬੀ ਅ ਬਿਗ ਕਲਾਸ ਵੈਨ ਯੂ অর ਆਈ ਬਿਕਮਸ ਐਨ ਅਸ ਹਾਂਜੀ ਕਈ ਵਾਰੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਜਦੋਂ ਯੂ ਤੁਸੀਂ ਔਰ ਆਈ ਅਤੇ ਮੈਂ ਮਿਲ ਕੇ ਅਸ ਬਣ ਜਾਂਦੇ ਹਾਂ ਅਸੀਂ ਬਣ ਜਾਂਦੇ ਹਾਂ ਸਮਝ ਗਏ ਬੱਚੋ ਕੀ ਕਹਿਣਾ ਚਾਹੁੰਦੀ ਹੈ ਇਸ ਪੋਇਮ ਦੇ ਵਿੱਚ ਇਹ ਜੋ ਪੋਇਟ ਹੈ ਪੋਇਟਰ ਹੈ ਪੋਇਟ ਕੀ ਕਹਿਣਾ ਚਾਹੁੰਦਾ ਹੈ ਕਿ ਅਗਰ ਅਸੀਂ ਤੁਸੀਂ ਅਤੇ ਮੈਂ ਆਪਾਂ ਅਗਰ ਰਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਵੱਡੀ ਪ੍ਰਾਪਤੀ ਲੈ ਸਕਦੇ ਹਾਂ ਠੀਕ ਹੈ ਇਹ ਪੋਇਮ ਆਪਾਂ ਨੂੰ ਇਹ ਹੀ ਸਮਝਾਉਣਾ ਚਾਹੁੰਦੀ ਹੈ कि ਸਾਨੂੰ ਟੀਮ ਵਿੱਚ ਰਲ ਕੇ ਕੰਮ ਕਰਨਾ ਚਾਹੀਦਾ ਹੈ ਇੱਕ ਦੂਜੇ ਦੀ ਮਦਦ ਨਾਲ ਹੀ ਅਸੀਂ ਕਿਸੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ ਆ ਦੇਖੋ ਕਿੰਨੀ ਪਿਆਰੀ ਪਿਕਚਰ ਬਣੀ ਹੋਈ ਹੈ ਓਕੇ ਸਟੂਡੈਂਟਸ ਇਹ ਪੋਇਮ ਹੁਣ ਤੁਸੀਂ ਰੀਡ ਕਰਨੀ ਹੈ ਠੀਕ ਹੈ